वाहिगुरु जी का खालसा वाहिगुरु जी की फतेह। दर्शकों अज असी खड़े हाँ शहीदां दी पवित्र धरती श्री फतेहगढ़ साहिब विखे जिथे छोटे साहबजादियां अते माता गुजरी जी की याद में शहीदी जोड़ मेल लगा होया है। तुसी वेख सकते हो कि मेरे पिछे छन्ना ने, ये छन्ना उही ने जो दिल्ली के किसान मोर्चे विच सन। आओ अंदर चलते हाँ तो इन्हां दे नाल गलबात करते हाँ। वाहे गुरु 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 हे गुरु। सब तो पहला तो तुहाडा स्वागत है, वाहिगुरु जी का खालसा वाहिगुरु जी की फतेह। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਲੰਗਰ ਲਗਾਉਂਦਿਆਂ ਨੂੰ? ਭਾਈ ਸਾਨੂੰ 7 ਦਿਨ ਹੋ ਗਏ ਇੱਥੇ ਆਇਆਂ ਨੂੰ ਅਤੇ ਲਗਾਤਾਰ ਗੁਰੂ ਕੇ ਲੰਗਰ ਪ੍ਰਸ਼ਾਦੀ ਸੇਵਾ ਚੱਲ ਰਹੀ ਆ। ਉਸ ਤੋਂ ਪਹਿਲਾਂ ਤਾਂ ਨਗਰਾਂ ਦੇ ਵਿੱਚ ਚੱਲਦੀ ਸੀ ਅਤੇ ਇਹ ਜੋ ਲੰਗਰ ਨੇ ਗੁਰੂ ਕੇ ਪੰਡਾਲ ਨੇ ਦਿੱਲੀ ਮੋਰਚੇ ਵਾਲਿਆਂ ਦੀ ਜੀ, ਦਿੱਲੀ ਮੋਰਚੇ ਤੋਂ ਸਿੱਧਾ 2 ਦਿਨ ਲੰਗਰ ਰਹਿ ਕੇ ਉਰੇ ਆ ਗਏ ਜੀ। ਜਿਵੇਂ ਤੁਸੀਂ ਦੱਸਿਆ ਹੈਗਾ ਹੈ ਕਿ ਦਿੱਲੀ ਤੋਂ ਤੁਸੀਂ ਜਿਹੜਾ ਹੈ ਉੱਥੇ ਲੰਗਰ ਦੀ ਸ਼ੁਰੂਆਤ ਕੀਤੀ ਅਤੇ ਤੁਸੀਂ ਉੱਥੇ ਪਿੰਡ 2 ਦਿਨ ਰਹਿ ਕੇ ਇੱਥੇ ਪਹੁੰਚ ਚੁੱਕੇ ਹੈਗੇ ਹੋ, ਤੁਸਨੂੰ ਕਿੰਨਾ ਸਮਾਂ ਹੋ ਗਿਆ ਸੀ ਦਿੱਲੀ ਰਹਿੰਦਿਆਂ ਹੋਇਆਂ ਨੂੰ? ਦਿੱਲੀ ਭਾਈ ਗੁਰੂ ਕੇ ਲੰਗਰਾਂ ਦੇ ਜੇ ਪੰਡਾਲ ਨੇ 28 ਨਵੰਬਰ ਤੋਂ ਸੱਜ ਗਏ ਸੀ। ਵੈਸੇ ਤਾਂ 26 ਨਵੰਬਰ ਨੂੰ ਸੰਗਤਾਂ ਉੱਥੇ ਪਹਿਲਾਂ ਪਹੁੰਚ ਗਈਆਂ ਸੀ ਅਤੇ ਗੁਰੂ ਸਾਹਿਬ ਨੇ ਸੇਵਾ ਬਖਸ਼ੀ। 28 ਨਵੰਬਰ ਤੋਂ ਨਿਰੰਤਰ ਸੇਵਾ ਚੱਲ ਰਹੀ ਹੈ ਗੁਰੂ ਕੇ ਲੰਗਰਾਂ ਦੀ ਅਤੇ ਹੋਰ ਵੀ ਲਾਗੇ ਤਾਗੇ ਦੇ ਉੱਥੇ ਪਿੰਡ ਨੇ ਜੋ ਪੰਜਾਬ ਦੇ ਭਗਵਾਨਪੁਰਾ ਹੋ ਗਿਆ, ਬਾਠਾਂ, ਕਾਫੀ ਪਿੰਡ ਨੇ, ਮੰਡੇਰਾਂ, ਲੌਂਗੋਵਾਲ, ਲੰਡੇ ਕੇ, ਇਹ ਪਿੰਡਾਂ ਨੇ ਸੰਯੋਗ ਦਿੱਤਾ ਸਾਡੇ ਨਾਲ ਰਹੇ ਨੇ ਹਰ ਟਾਈਮ ਅਤੇ ਲੰਗਰਾਂ ਦੀ ਸੇਵਾ ਉੱਥੇ ਨਿਰੰਤਰ ਚੱਲਦੀ ਰਹੀ ਹੈ ਦਿਨ ਪਰ ਰਾਤ ਦੀ। ਗੁਰੂ ਸਾਹਿਬ ਨੇ ਸੇਵਾ ਬਖਸ਼ੀ ਸੀ ਅਤੇ ਸੰਗਤਾਂ ਦਾ ਸੰਯੋਗ ਸੀ ਤਾਂ ਸੇਵਾ ਚੱਲੀ ਆ ਭਾਈ ਜੀ। ਉੱਥੇ ਤੁਹਾਡੇ ਬਹੁਤ ਸਾਰੇ ਅਨੁਭਵ ਰਹੇ ਹੋਣਗੇ ਕਿਉਂਕਿ ਬਹੁਤ ਸਾਰੀਆਂ ਔਂਕੜਾਂ ਆਈਆਂ ਨੇ, ਸਮਾਂ ਇੱਕ ਵਰਗਾ ਨਹੀਂ ਰਿਹਾ ਹੈਗਾ, ਹੈ ਨਾ? ਕਦੇ ਉੱਥੇ ਮੀਂਹ ਆ ਜਾਂਦਾ ਸੀ, ਕਦੇ ਸਰਕਾਰ ਵੱਲੋਂ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਅੰਦੋਲਨ ਨੂੰ, ਉੱਥੋਂ ਦੇ ਬਹੁਤ ਸਾਰੇ ਤੁਹਾਡੇ ਅਨੁਭਵ ਰਹੇ ਆ, ਕੋਈ ਅਨੁਭਵਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਵੀ ਪਾਓ। ਦੇਖੋ ਜਦ ਗਏ ਸੀ ਸ਼ੁਰੂਆਤੀ ਦਿਨ ਸਰਦੀਆਂ ਦੇ ਸੀਗੇ, ਉਸ ਤੋਂ ਬਾਅਦ ਜੋ ਅੱਜ ਸ਼ਹਾਦਤ ਜੋੜ ਮੇਲਾ ਬਾਬਾ ਜ਼ੋਰਾਵਰ ਫਤਿਹ ਸਿੰਘ ਜੀਆਂ ਦਾ ਇੱਥੇ ਸਭਾ ਦੇ ਦਿਨ ਚੱਲ ਰਹੇ ਨੇ, ਉਹ ਪਿਛਲੇ ਸਾਲ ਉੱਥੇ ਮਨਾਏ ਗਏ। ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਸੀਗਾ ਸੰਗਤਾਂ ਦੇ ਪਿਆਰ ਨਾਲ ਲੰਗਰਾਂ ਦੇ, ਜਿੱਥੇ ਲੰਗਰ ਦੇ ਪੰਡਾਲ ਸੀ ਸੁਧੀਰ ਹੋਟਲ ਸੀਗਾ, ਉਹਦੀ ਪਾਰਕਿੰਗ ਦੇ ਪਿੱਛੇ ਹੋਟਲ ਦੇ ਅੰਦਰ ਹੀ ਅਸੀਂ ਗੁਰੂ ਸਾਹਿਬ ਪ੍ਰਕਾਸ਼ ਕਰਾਏ। ਪਿਛਲੇ ਸਾਲ ਸੰਗਤਾਂ ਨੇ ਉੱਥੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਕੀਤੇ ਅਤੇ ਬੇਨਤੀ ਵੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੋਰਚਾ ਫਤਿਹ ਕਰੋ। ਸਤਿਗੁਰਾਂ ਨੇ ਆਪ ਸਹਾਇਵਾਨ ਹੋ ਕੇ ਮੋਰਚੇ ਫਤਿਹ ਕੀਤੇ ਨੇ ਜੀ, ਸੰਗਤਾਂ ਦੀ ਸੇਵਾ ਕੀਤੀ, ਅਰਦਾਸ ਬੇਨਤੀ ਸਫਲੀ ਹੋਈ ਹੈ ਜੀ ਇਹ। ਬਾਕੀ ਅਨੁਭਵ ਭਾਈ ਦੇਖੋ, 4 ਮੌਸਮ ਦੇਖ ਲਏ ਉੱਥੇ, ਸਰਦੀ, ਗਰਮੀ, ਹਨੇਰੀ, ਝੱਖੜ, ਸਭ ਦੇਖ ਲਿਆ ਗੁਰੂ ਸਾਹਿਬ ਨੇ ਦਿਖਾਇਆ ਜੀ ਆਪ, ਪਰ ਡੋਲਣ ਨਹੀਂ ਦਿੱਤਾ ਮਹਾਰਾਜ ਨੇ। ਐਂ ਹੁੰਦਾ ਵੀ ਹਨੇਰੀ ਆ ਗਈ ਜਾਂ ਮੀਂਹ, ਕਈ ਵਾਰ ਚੋਣ ਲਾ ਜਾਂਦਾ ਸੀ ਪੰਡਾਲ, ਪਰ ਇਹ ਤਾਂ ਅਸੀਂ ਬਾਅਦ 'ਚ ਬਣਾਇਆ ਉੱਥੇ 6 ਮਹੀਨੇ ਪਹਿਲਾਂ ਅਸੀਂ ਤਰਪਾਲ ਦੇ ਪੰਡਾਲਾਂ 'ਚ ਰਹੇ ਹਾਂ, ਨੋਰਮਲ ਤਰਪਾਲਾਂ ਪਾ ਕੇ, ਅਤੇ ਉਸ ਤੋਂ ਬਾਅਦ ਫਿਰ ਜਦ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤਾਂ ਦੇ ਸੰਯੋਗ ਦੇ ਨਾਲ, ਇਹ ਪੰਡਾਲ ਜੋ ਮਹਿਲ ਸਜੇ ਹੋਏ ਨੇ ਫਿਰ ਇਹ ਸਜੇ ਸੀਗੇ। ਜਿਵੇਂ ਤੁਸੀਂ ਦੱਸਿਆ ਹੈਗਾ ਕਿ ਆਹ ਜਿਹੜਾ ਤੁਸੀਂ ਮਹਿਲ ਜਿਹਨੂੰ ਕਹਿ ਰਹੇ ਹੈਗੇ ਹੋ, ਇਹ ਤੁਸੀਂ ਜਿਹੜੇ ਦਿੱਲੀ ਤੋਂ ਲੈ ਕੇ ਆਏ ਹੈਗੇ ਹੋ, ਹੈ ਨਾ? ਅਤੇ ਫਿਰ ਭਵਿੱਖ ਦੇ ਵਿੱਚ ਇਹਦਾ ਕੀ ਕਰੋਗੇ ਤੁਸੀਂ? ਇਹ ਸਾਡੇ ਦਿੱਲੀ ਮੋਰਚੇ ਵਾਲੇ ਮਹਿਲ ਨੇ ਜੀ, ਅਤੇ ਇਹਨਾਂ ਦੇ ਵਿੱਚ ਅਸੀਂ 1.25 ਸਾਲ ਦਿਨ ਪਰ ਰਾਤ ਰਹੇ ਹਾਂ ਨਿਰੰਤਰ, ਇਹਦੇ ਨਾਲ ਪਿਆਰ ਪਿਆ ਹੋਇਆ ਸਾਡਾ, ਅਤੇ ਇਹ ਮਹਿਲ ਨੇ ਜੋ ਹੁਣ ਅਸੀਂ ਨਗਰ ਦੇ ਵਿੱਚ ਇਹਦੀ ਇੱਕ ਯਾਦਗਾਰ ਬਣਾਵਾਂਗੇ ਜੀ ਗੁਰੂ ਦੀ ਕਿਰਪਾ ਨਾਲ, ਇਹਦੀ ਯਾਦਗਾਰ ਸਜਾਈ ਜਾਊਗੀ ਅਤੇ ਯਾਦਗਾਰ ਬਾਕੀ ਤਾਂ ਮਹਾਰਾਜ ਦੇ ਹੁਕਮ ਨੇ ਭਾਈ, ਉਹਦੇ ਹੁਕਮ 'ਚ ਵਰਤਣਾ ਜੋ ਵਰਤਣਾ, ਜਾਣੀ ਕਿ ਅਸੀਂ ਸੋਚ ਰਹੇ ਹਾਂ ਵੀ ਇਹਦੀ ਯਾਦਗਾਰ ਬਣਾਈ ਜਾਵੇ, ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਦੇਖ ਸਕੇ ਵੀ ਭਾਈ ਇਸ ਦੇ ਵਿੱਚ ਬੈਠ ਕੇ ਅੰਦੋਲਨ ਲੜੇ ਸੀਗੇ। ਹਾਂਜੀ, ਇੱਕ ਸਵਾਲ ਤੁਹਾਨੂੰ ਹੋਰ ਪੁੱਛਣਾ ਚਾਹਾਂਗੀ, ਜਦੋਂ ਆਪਾਂ ਜਿੱਤ ਗਏ ਹੈ ਨਾ, 3 ਜਿਹੜੇ ਖੇਤੀ ਕਾਨੂੰਨ ਵਾਪਸ ਲੈ ਲਏ, ਤਾਂ ਤੁਸੀਂ ਉਸ ਦੀ ਖੁਸ਼ੀ ਨੂੰ ਕਿਵੇਂ ਜ਼ਾਹਰ ਕੀਤਾ ਸੀਗਾ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਤਿਗੁਰਾਂ ਦੇ ਸ਼ੁਕਰਾਨੇ ਕੀਤੇ, ਮਹਾਰਾਜ ਨੇ ਸਭ ਤੋਂ ਵੱਡਾ ਭਾਣਾ ਵਰਤਾਇਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ ਐਡੇ ਹੰਕਾਰੀ ਰਾਜੇ ਨੇ ਜਿਹੜੇ 1 ਸਾਲ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਸੀ ਕਿਸੇ ਨਾਲ, ਕਿਸੇ ਕਿਸਾਨ ਯੂਨੀਅਨ ਦੇ ਨਾਲ ਜਾਂ ਕਿਸੇ ਹੋਰ ਲੀਡਰ ਨਾਲ ਕੋਈ ਗੱਲਬਾਤ ਨਹੀਂ ਉਹਨੇ ਕੀਤੀ, ਇੱਕਦਮ ਹੀ ਆਪ ਲਾਈਵ ਹੋ ਕੇ ਉਹਨੇ ਅਨਾਊਂਸ ਕਰਤਾ ਵੀ ਕਾਨੂੰਨ ਵਾਪਸ ਕੀਤੇ ਜਾਂਦੇ ਨੇ, ਬਹੁਤ ਵੱਡੀ ਗੱਲ ਆ, ਇਹਨੂੰ ਅਸੀਂ ਸਤਿਗੁਰਾਂ ਦੀ ਦੇਣ ਬਖਸ਼ਦੇ ਆ। ਮਹਾਰਾਜ ਨੇ ਆਪ ਕਿਰਪਾ ਕੀਤੀ ਅਤੇ ਜੋ ਬਜ਼ੁਰਗ ਦਿਨ ਭਰ ਰਾਤ ਉੱਤੇ ਸੇਵਾ ਕਰਦੇ ਸੀ ਜਾਂ ਅਰਦਾਸਾਂ ਬੇਨਤੀਆਂ ਕਰਦੇ ਸੀ ਉਹ ਸਫਲੀਆਂ ਹੋਈਆਂ ਨੇ ਜੀ ਇਹ। ਹਾਂਜੀ, ਮਿਹਨਤ ਰੰਗ ਲਿਆਈ ਆ, ਅਸੀਂ ਸ਼ੁਕਰਾਨੇ ਕੀਤਾ ਜੀ ਉੱਥੇ, ਫਿਰ ਮਹਾਰਾਜ ਦੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਅਤੇ ਸੰਗਤਾਂ ਨੇ ਸੇਵਾ ਕੀਤੀ, ਮਹਾਰਾਜ ਅੱਗੇ ਅਰਦਾਸ ਬੇਨਤੀ ਹੋਈ ਸੀ 1 ਸਾਲ ਬਾਅਦ ਨਾ, ਅਤੇ 1 ਸਾਲ ਬਾਅਦ ਮਹਾਰਾਜ ਦੇ ਸ਼ੁਕਰਾਨੇ ਹੋਏ ਸੱਚੇ ਪਾਤਸ਼ਾਹ ਆਪ ਜੀ ਨੇ ਮੋਰਚਾ ਫਤਿਹ ਕਰਤਾ।
हाँ ये सब तो वाडा नौजवान वीर का भी पूरा योगदान रहा जी दिन रात उन्होंने सेवावान नवाईया ने उसी किसी यूनियन वालों गए से अपने पद्धर से ही नहीं साडा किसी यूनियन ना कोई वह नहीं ये तो संगत का प्यार आ अभी संगत की सेवा लिए हाजिर हाँ असी ये नहीं है भी कला मोर्चे तक सीमित रहने ना सानू जिथे भी लोड़ पई संगत प्यार बख्शे असी जावे ये नहीं है भी कला मोर्चा ज होर भी कितने कोई आवाज़ उठती असं पहुँचा लंगर लेके कितने कोई आफत आँदी है हड़ आते हैं जरूर पहुँचा बाकी महाराज जिनी किस्मत बख्शद उन्नी सेवा अं करी जाने ये किसी यूनियन का नहीं है किसी यूनियन का हड़ कोई लेकर नहीं संगत का प्यार आ नगर का संजोग साढ़े नगर का बहुत संजोग रहा जी गुरु की कृपा रही आ विजय नगर का पहले दिन तो संजोग रहा हूँ भी अज सत दिन हो गए फतेहगढ़ साहब सिंह शहीदा के स्थाना पर आया इतने नौजवान विजय नगर के या होर नाल दे साडे नगर के जिहड़े दिन पूरा सेवा कर रहे हैं जी हाँ जी होर किन्ने दिन तुसीं इत्थे लंगर लगाओगे जिन्ने दिन महाराज के हुक्म होणगे भाई जी महाराज हफ्ता करा लैन दस दिन करा लैन उन्हां दे हुक्म ने जी हाँ जी वाहे गुरु 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 सत श्री अकाल माता जी सत श्री अकाल बेटे की नाम है तुहाडा जी ते तुसी कित्थों आए हो चरणजीत है जी मेरा नाम जिला संगरूर पिंड पुन्ना वाला जी ਤੁਸੀਂ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਰਹੇ ਹੈਗੇ ਉੱਥੇ ਤੁਹਾਡੇ ਕਿਹੋ ਜਿਹੇ ਅਨੁਭਵ ਸੀਗੇ ਜੀ ਬਹੁਤ ਮਾਹੌਲ ਵਧੀਆ ਸੀਗਾ ਤਾਂ ਸਾਡਾ ਜੀ ਨਹੀਂ ਕਰਦਾ ਸੀਗਾ ਆਉਣ ਨੂੰ ਨਹੀਂ ਤਾਂ ਫਿਰ ਜਦੋਂ ਬੇਟੇ ਆਏ ਨੇ ਫਿਰ ਅਸੀਂ ਬੇਟੇ ਦੇ ਨਾਲ ਹੀ ਆਇਆ ਜੀ ਹਾਂ ਜਦੋਂ 11 ਤਰੀਕ ਨੂੰ ਆਏ ਨੇਗੇ ਅਸੀਂ ਫਿਰ 10 ਤਰੀਕ ਨੂੰ ਅਸੀਂ ਭੇਜ ਦਿੰਦੇ ਉੱਥੋਂ ਵੀ ਅਸੀਂ ਸਾਹਮਣੇ ਤੋਂ ਜਿਵੇਂ ਤੁਸੀਂ ਦੱਸਿਆ ਹੈਗਾ ਤੁਹਾਡਾ ਉੱਥੇ ਆਉਣ ਨੂੰ ਦਿਲ ਨਹੀਂ ਸੀ ਕਰਦਾ ਇੱਥੇ ਹੈ ਨਾ ਜਮੀਨ ਦਿਲ ਨਹੀਂ ਕੀਤਾ ਤੇ ਅਸੀਂ ਪਹਿਲਾਂ ਵੀ ਗਏ ਤੇ ਪਹਿਲਾਂ ਵੀ ਅਸੀਂ 10-11 ਦਿਨ ਲਾਏ ਪਹਿਲਾਂ ਸਾਡਾ ਕੋਈ ਨਹੀਂ ਸੱਤ ਹਜ਼ਾਰ ਜੀ ਕਰਦਾ ਵੀ ਅਸੀਂ ਜਾਈਏ ਹੀ ਨਾ ਵੀ ਜਦੋਂ ਸਾਡੇ ਪੁੱਤ ਦਾ ਇੱਥੇ ਬੈਠੇ ਨੇ ਅਸੀਂ ਘਰ ਜਾ ਕੇ ਕੀ ਕਰਨਾ ਹੈਗਾ ਜੀ ਹਾਂ ਫਿਰ ਸਾਡਾ ਬਹੁਤ ਉੱਥੇ ਜੀ ਬਹੁਤ ਲੱਗਦਾ ਸੀਗਾ ਜਦੋਂ ਜਿਹੜੇ 3 ਖੇਤੀ ਕਾਨੂੰਨ ਵਾਪਸ ਹੋ ਗਏ ਸੀਗੇ ਤਾਂ ਫਿਰ ਮਨ ਦੇ ਵਿੱਚ ਕੀ ਚੱਲਦਾ ਸੀਗਾ ਫਿਰ ਮਨ ਦੇ ਵਿੱਚ ਖੁਸ਼ੀ ਸੀਗੀ ਜੀ ਹਾਂ ਫਿਰ ਅਸੀਂ 10 ਤਰੀਕ ਨੂੰ ਆ ਗਏ ਸੀਗੇ ਵੀ ਹੁਣ ਸਾਨੂੰ ਖੁਸ਼ੀ ਹੈ ਬੇਟੇ ਕਹਿੰਦੇ ਵੀ ਤੁਸੀਂ ਅੱਜ ਜਾਓ ਅਸੀਂ ਕੱਲ੍ਹ ਨੂੰ ਆਵਾਂਗੇ ਜੀ ਹਾਂ ਜਿਵੇਂ ਉੱਥੇ ਬਹੁਤ ਸਾਰੇ ਹਾਲਾਤ ਬਦਲਦੇ ਰਹੇ ਸੀ ਸਰਕਾਰ ਵੱਲੋਂ ਵੀ ਜਿਹੜਾ ਧਰਨਾ ਚੁਕਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀਗੀਆਂ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਮੀਂਹ ਨੇਰੀ ਝੱਖੜ ਵੀ ਆਉਂਦੇ ਰਹੇ ਕਦੇ ਮਨ ਨਹੀਂ ਸੀ ਡੋਲਦਾ ਸਾਡਾ ਕੋਈ ਮਨ ਨਹੀਂ ਤੇ ਪੁੱਤ ਡੋਲਦਾ ਸਾਡਾ ਐਂਡ ਵੀ ਜੋ ਸਾਡੇ ਬੇਟੇ ਇੱਥੇ ਬੈਠੇ ਨੇ ਅਸੀਂ ਘਰ ਜਾ ਕੇ ਕੀ ਕਰਨਾ ਸੀ ਵੀ ਬੇਟੇ ਦੇ ਨਾਲ ਹੀ ਜਾਵਾਂਗੇ ਜੀ ਖੇਤੀ ਕਾਨੂੰਨ ਵਾਪਸ ਹੋ ਗਏ ਤਾਂ ਪਿੰਡ ਪਰਤੇ ਤਾਂ ਪਿੰਡ ਪਰਤ ਕੇ ਕਿਵੇਂ ਦਾ ਲੱਗਦਾ ਸੀਗਾ ਫਿਰ ਤਾਂ ਜੀ ਸਾਨੂੰ ਜਦੋਂ ਬਹੁਤ ਖੁਸ਼ੀ ਨੇ ਫਿਰ ਅਸੀਂ ਨੱਸਦੇ ਟੱਪਦੀਆਂ ਅਸੀਂ ਗਈਆਂ ਚਾਹੇ ਗਿੱਟੇ ਗੋਡੇ ਦੁਖਦੀ ਤੇ ਗਏ ਜੀ ਫਿਰ ਸਾਡਾ ਕੁਛ ਨਹੀਂ ਦੁਖਿਆ ਜੀ ਫਿਰ ਤਾਂ ਸਾਡੇ ਅਸੀਂ ਬਹੁਤ ਖੁਸ਼ੀਆਂ 'ਚ ਗਏ ਫਿਰ ਮੁੰਡੇ ਭੰਗੜੇ ਪਾਉਂਦੇ ਗਏ ਡਿੱਕ ਲਾਏ ਹੋਏ ਡੀਜੇ ਲਾਏ ਹੋਏ ਮੈਂ ਤਾਂ ਜੀ ਖੁਸ਼ੀਆਂ ਨਾਲ ਹੀ ਗਏ ਜੀ ਪਹਿਲਾਂ ਲੱਗਦਾ ਸੀਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਗੀ ਪਹਿਲਾਂ ਸਾਨੂੰ ਪੁੱਛਦੇ ਤੇ ਵੀ ਐਂ ਹੋ ਗਏ ਵੀ ਐਂ ਹੋ ਗਿਆ ਅਸੀਂ ਆਖਿਆ ਵੀ ਅਸੀਂ ਜਾਂਦੀਆਂ ਨਹੀਂ ਹੈਗੀਆਂ ਅਸੀਂ ਉਨਾ ਚਿਰ ਅਸੀਂ ਇੱਥੇ ਰਹਾਂਗੇ ਅਸੀਂ ਸਾਡੇ ਬੇਟੇ ਨਾਲ ਹੀ ਰਹਾਂਗੇ ਮੈਂ ਅਸੀਂ ਘਰ ਜਾ ਕੇ ਕੀ ਕਰਨਾ ਸਭ ਕੁਝ ਤਾਂ ਸਾਡਾ ਫਿਰ ਇਹੀ ਲਈ ਜਾਂਦੇ ਨੇਗੇ ਜੀ ਹਾਂ ਫਿਰ ਨਹੀਂ ਅਸੀਂ ਐਂ ਕੀਤਾ ਸਾਡਾ ਚਿੰਨਾ ਸਾਡਾ ਫਿਰ ਜਿੱਤ ਡੋਲਦਾ ਸੀਗਾ ਜੀ ਐਂ ਖੁਸ਼ੀ ਹੋ ਕੇ ਰਹਿੰਦੇ ਸੀਗੇ ਉੱਥੇ ਅਸੀਂ ਤੁਹਾਡਾ ਕਿਹੜਾ ਪਿੰਡ ਹੈਗਾ ਅਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਲੰਗਰ ਲਗਾਏ ਨੂੰ ਪਿੰਡ ਬੀਜੇ ਸਾਡਾ ਡਿਸਟ੍ਰਿਕਟ ਲੁਧਿਆਣਾ 'ਚ ਜੀ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਲੰਗਰ ਲਗਾਇਆ ਸਾਨੂੰ ਇੱਕ ਹਫ਼ਤਾ ਹੋ ਗਿਆ ਜੀ ਲੰਗਰ ਲੱਗੇ ਨੂੰ ਜੀ ਇੱਕ ਦਿਨ ਦੇ ਵਿੱਚ ਤੁਹਾਡਾ ਕਿੰਨਾ ਕੁ ਲੰਗਰ ਇੱਥੇ ਜਿਹੜਾ ਹੈ ਵਰਤ ਜਾਂਦਾ ਆ ਕਾਫੀ ਜ਼ਿਆਦਾ ਸੰਗਤ ਆਉਂਦੀ ਹੈ 1 ਕੁਇੰਟਲ ਤੋਂ 1.5 ਕੁਇੰਟਲ ਆਟੇ ਦੀ ਕੁਆਂਟਿਟੀ ਲੱਗ ਜਾਂਦੀ ਹੈ ਜੀ ਇੱਥੇ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਗਿਆ ਕਿ ਇੱਥੇ 1 ਤੋਂ 1.5 ਕੁਇੰਟਲ ਆਟਾ ਜਿਹੜਾ ਹੈਗਾ ਆ ਹਰ ਰੋਜ਼ ਵਰਤਿਆ ਜਾਂਦਾ ਹੈਗਾ ਆ ਅਤੇ ਤੁਸੀਂ ਇਹ ਦੱਸੋ ਕਿ ਤੁਹਾਨੂੰ 7 ਦਿਨ ਹੋ ਗਿਆ ਇੱਥੇ ਲੰਗਰ ਲਗਾਉਂਦਿਆਂ ਨੂੰ ਲੋਕਾਂ ਦੇ ਵਿੱਚ ਸ਼ਰਧਾ ਭਾਵਨਾ ਕਿਹੋ ਜਿਹੀ ਹੈ ਲੋਕ ਇੱਥੇ ਸਹਿਯੋਗ ਕਰਦੇ ਆ ਹਾਂਜੀ ਹਾਂਜੀ ਜਦੋਂ ਆਉਂਦੀ ਹੈ ਸੰਗਤ ਵਧੀਆ ਸਹਿਯੋਗ ਦਿੰਦੀ ਸਾਡਾ ਲੰਗਰ 'ਚ ਸਾਥ ਦਿੰਦੇ ਨੇ ਸਾਡਾ ਸੇਵਾ ਕਰਦੇ ਨੇ ਆ ਕੇ ਸਾਡੇ ਨਾਲ ਵਧੀਆ ਹੀ ਸਾਡਾ ਚੱਲਦਾ ਜੀ ਤੁਸੀਂ ਜਿਹੜੇ ਦਿੱਲੀ ਮੋਰਚੇ ਦੇ ਵਿੱਚ ਵੀ ਗਏ ਸੀਗੇ ਹੈ ਨਾ ਉੱਥੇ ਤੁਸੀਂ ਕਾਹਦਾ ਲੰਗਰ ਲਗਾਇਆ ਸੀਗਾ ਉੱਥੇ ਆਈ ਦਾਲ ਫੁਲਕਾ ਹੀ ਚੱਲਦਾ ਸੀਗਾ ਜੀ ਜੀ ਉੱਥੋਂ ਦੇ ਕੋਈ ਅਨੁਭਵ ਹੈਗੇ ਆ ਤੁਹਾਡੇ ਜੀ ਨਹੀਂ ਨੇਰੀ ਬਹੁਤ ਆ ਜਾਂਦੀ ਸੀਗੀ ਜਾਂਦਾ ਐਂ ਤਾਂ ਕਵਰ ਕਰਨਾ ਪੈਂਦਾ ਸਾਰਾ ਕੁਝ ਜੀ ਜੀ ਹਾਂਜੀ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ ਇਹ ਪਿਛਲੇ ਜਿਹੜੇ 7 ਦਿਨਾਂ ਤੋਂ ਇੱਥੇ ਲੰਗਰ ਲਗਾ ਰਹੇ ਹੈਗੇ ਆ ਤਾਂ ਸਮਾਨ ਜਿਹੜਾ ਹੈਗਾ ਤੁਹਾਡੇ ਪਿੰਡ ਤੋਂ ਹੀ ਆਉਂਦਾ ਹੈਗਾ ਜਾਂ ਫਿਰ ਤੁਸੀਂ ਖਰੀਦਦੇ ਹੈਗੇ ਹੋ ਇੱਥੋਂ ਹੀ ਨਹੀਂ ਪਿੰਡ ਤੋਂ ਤਾਂ ਆਉਂਦਾ ਹੀ ਸਮਾਨ ਅਤੇ ਬਾਕੀ ਜੋ ਨੇੜੇ ਦੇ ਲੋਕ ਨੇ ਉਹ ਵੀ ਆਪਣੀ ਸੇਵਾ ਕਰਕੇ ਜਾਂਦੇ ਨੇ ਇੱਥੇ ਜਿਵੇਂ ਸਵੇਰੇ ਕੋਈ ਰਸ ਦੇ ਜਾਂਦਾ ਕੋਈ ਬ੍ਰੈਡ ਦੇ ਜਾਂਦਾ
ਤੇ ਆਪਾਂ ਉਹ ਹਿਸਾਬ ਨਾਲ ਫਿਰ ਉਹਨਾਂ ਨੂੰ ਵਰਤਾ ਦਿੰਦੇ ਹਾਂ ਜੀ। ਜੀ ਪਿੰਡ ਦਾ ਕਿੰਨਾ ਕੁ ਸਹਿਯੋਗ ਰਹਿੰਦਾ ਹੈਗਾ ਆ? ਪਿੰਡ ਦਾ ਜੀ ਸਾਰਿਆਂ ਨਾਲੋਂ ਪਹਿਲਾਂ ਤਾਂ ਪਿੰਡ ਦਾ ਹੀ ਸਹਿਯੋਗ ਰਿਹਾ ਜੀ, ਉਦੋਂ ਬਾਅਦ ਜੋ ਦਿੱਲੀ ਮੋਰਚੇ ਨਾਲ ਸਾਡੇ ਨਾਲ ਜੁੜੇ ਹੋਏ ਸੀਗੇ ਤੇ ਉਹਨਾਂ ਦਾ ਸਹਿਯੋਗ ਰਿਹਾ ਜੀ। ਤੁਹਾਡਾ ਨਾਮ ਕੀ ਹੈ ਜੀ? ਰੇਸ਼ਮ ਸਿੰਘ ਆ ਜੀ। ਜੀ ਤੁਸੀਂ ਜਿਹੜਾ ਹੈ ਦਿੱਲੀ ਅੰਦੋਲਨ ਦੇ ਵਿੱਚ ਇੱਕ ਸਾਲ ਹਲਵਾਈ ਦੀ ਸੇਵਾ ਨਿਭਾਈ ਹੈਗੀ, ਕਿਹੋ ਜਿਹੇ ਤੁਹਾਡੇ ਉੱਥੇ ਅਨੁਭਵ ਸੀਗੇ? ਬਹੁਤ ਵਧੀਆ ਸੀ, ਜਿੰਦਾ ਦੇ ਵੀ ਹੋਏ ਜੀ, ਸੇਵਾ ਕਹਿੰਦੇ ਸੀ ਉੱਦਾਂ ਦੇ ਲੰਗਰ ਤਿਆਰ ਕਰਕੇ ਦਿੰਦੇ ਸੀ, ਹੁਣ ਵੀ ਲਗਾਤਾਰ ਚੱਲ ਰਹੇ ਹਾਂ ਬਾਬਾ ਜੀ ਦੇ ਨਾਲ ਜੀ। ਜੀ ਹਾਂਜੀ ਹਾਂਜੀ। ਕਾਹਦਾ ਕਾਹਦਾ ਲੰਗਰ ਤੁਸੀਂ ਤਿਆਰ ਕਰਦੇ ਸੀਗੇ ਉੱਥੇ ਜੀ? ਪਤਾ ਹੀ ਨਹੀਂ ਲੱਗਦਾ ਸੀ, ਜੋ ਕੁਛ ਸੰਗਤ ਭੇਜ ਦਿੰਦੀ ਉਹ ਕੁਛ ਬਣਾ ਕੇ ਦੇ ਦਿੰਦੇ ਸੀ ਜੀ। ਜੀ ਤੁਸੀਂ ਜਿਹੜਾ ਇੱਥੇ ਵੀ ਜਿਹੜਾ ਪਿਛਲੇ 7 ਦਿਨਾਂ ਤੋਂ ਸੇਵਾ ਨਿਭਾ ਰਹੇ ਹੈਗੇ, ਥਕਾਵਟ ਨਹੀਂ ਹੁੰਦੀ ਹੈਗੀ ਕਿ ਇੰਨੇ ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਹੈਗੇ ਹੋ? ਨਹੀਂ ਜੀ, ਥਕਾਵਟ ਕੋਈ ਹੁੰਦੀ ਹੈ ਜੀ। ਜੀ ਹਾਂਜੀ ਹਾਂਜੀ। ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹਾਂਗੀ, ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ 1 ਤੋਂ 1.5 ਕੁਇੰਟਲ ਆਟਾ ਜਿਹੜਾ ਹੈ ਲੱਗ ਜਾਂਦਾ ਹੈਗਾ ਹੈ ਨਾ, ਤੇ ਸੰਗਤਾਂ ਵੀ ਬਹੁਤ ਆਉਂਦੀਆਂ ਹੋਣਗੀਆਂ, ਤੇ ਕੋਈ ਦਿੱਕਤਾਂ ਆਉਂਦੀਆਂ ਹੈਗੀਆਂ ਨੇ? ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ। ਤੁਹਾਨੂੰ ਜਿਹੜਾ ਹੈਗਾ ਦਿੱਲੀ ਅੰਦੋਲਨ ਤੇ ਬੈਠੇ ਸੀਗੇ ਤੁਸੀਂ ਨਾ, ਹੁਣ ਤੁਹਾਨੂੰ ਜਿੱਤ ਹਾਸਲ ਹੋ ਚੁੱਕੀ ਹੈਗੀ ਆ, ਤੇ ਕਿਹੋ ਜਿਹੇ ਅਨੁਭਵ ਰਹੇ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਸਾਨੂੰ ਬਹੁਤ ਖੁਸ਼ੀ ਮਿਲੀ ਹੈ ਜੀ ਇਹ ਗੱਲ ਦੀ, ਬਹੁਤ ਬਹੁਤ ਧੰਨਵਾਦ ਸਾਡਾ ਤੇ ਹਰਿਆਣਾ ਭਾਈਚਾਰਾ ਦੀ, ਉਹ ਵੀ ਸਾਡੇ ਨਾਲ ਰਹੇ ਨੇ ਜੀ, ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ, ਬਹੁਤ ਬਹੁਤ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ, ਸਾਨੂੰ ਜੀ ਵੱਖ ਵੱਖ ਜਗ੍ਹਾ 'ਤੇ ਭੇਜਣ ਲੱਗੇ ਜੀ, ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਜੀ। ਅਸੀਂ ਦਿਵਾਲੀ ਅਸੀਂ ਮਨਾਈ ਨਹੀਂ ਜੀ, ਅਤੇ ਜਦੋਂ ਅਸੀਂ ਮੋਰਚਾ ਜਿੱਤਿਆ ਜੀ ਅਤੇ ਉਦੋਂ ਅਸੀਂ ਦਿਵਾਲੀ ਮਨਾਈ ਆ, ਖੂਬ ਚੰਗੀ ਤਰ੍ਹਾਂ ਦਿਵਾਲੀ ਜਿਵੇਂ ਆਪਾਂ ਦਿਵਾਲੀ ਮਨਾਉਂਦੇ ਹਾਂ ਜੀ, ਉਹ ਹਿਸਾਬ ਨਾਲ ਆਪਾਂ ਦਿਵਾਲੀ ਮਨਾਈ ਕਰੀ ਜੀ। ਤੁਸੀਂ ਜਿਹੜਾ ਹੈਗਾ ਉੱਥੇ ਜਦੋਂ ਗਏ ਸੀਗੇ ਹੈ ਨਾ, ਉਦੋਂ ਜਿਹੜਾ ਹੈ ਬਹੁਤ ਠੰਡ ਸੀਗੀ, ਤੁਸੀਂ ਉੱਥੇ ਗਰਮੀ ਵੀ ਹੰਢਾਈ ਹੈਗੀ ਆ, ਉੱਥੇ ਤੁਹਾਨੂੰ ਬਹੁਤ ਸਾਰੇ ਤਜਰਬੇ ਹੋਏ ਹੋਣਗੇ, ਤੁਸੀਂ ਕਾਫੀ ਲੰਮਾ ਸਮਾਂ ਰਹੇ ਹੈਗੇ ਹੋ, ਫਿਰ ਉਸ ਮੌਸਮ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸੰਭਾਲਦੇ ਸੀਗੇ? ਬਸ ਜੀ ਮਹਾਰਾਜ ਦੀ ਕਿਰਪਾ ਸੀਗੀ, ਇੱਦਾਂ ਹੀ ਚੱਲੀ ਗਿਆ ਪ੍ਰੋਗਰਾਮ, ਆਪਣੇ ਤਿਆਰੀ ਕਰਕੇ ਰੱਖਦੇ ਸੀਗੇ, ਬਾਰਿਸ਼ ਤਾਂ ਆਉਂਦੀ ਸੀ ਜਦੋਂ ਤਰਪਾਲਾਂ ਵਗੈਰਾ ਸ਼ੈੱਡ ਬਣਾਇਆ ਸੀ ਜਿੱਦਾਂ ਇੱਥੇ ਬਣਿਆ ਹੋਇਆ ਜੀ, ਇਹੀ ਕੁਛ ਚੱਲਦਾ ਰਿਹਾ ਜੀ, ਪਾਣੀ 'ਚ ਵੀ ਸੇਵਾ ਕਰੀ ਆ, ਪਾਣੀ ਪਾਣੀ ਹੋ ਜਾਂਦਾ ਜੀ ਬਾਰਿਸ਼ ਨਾਲ ਹੀ, ਹਨੇਰੀ ਆ ਜਾਂਦੀ, ਤਰਪਾਲਾਂ ਉੱਡ ਜਾਂਦੀਆਂ, ਕਦੇ ਕੁਛ ਸੰਘਰਸ਼ ਦੇ ਵਿੱਚ ਇੱਦਾਂ ਦਾ ਹੀ ਮਾਹੌਲ ਹੁੰਦਾ, ਸ਼ਰਧਾ ਬਹੁਤ ਸੀਗੀ ਇਹ ਕੰਮ ਨੂੰ ਵੀ, ਹਾਂ ਵੀ ਅਸੀਂ ਨਾਲ ਜੁੜ ਕੇ ਇਕੱਠਿਆਂ ਨੇ ਰਹਿਣਾ ਜੀ ਅਸੀਂ, ਅਤੇ ਅਸੀਂ ਤਾਂ ਹੀ ਮੋਰਚਾ ਜਿੱਤਣਾ ਜੀ, ਪਿਆਰ ਤਾਂ ਇੱਕੇ ਨੇ ਜਿਤਾਇਆ ਜੀ। ਹਾਂਜੀ ਹਾਂਜੀ ਹਾਂਜੀ। ਬਾਕੀ ਦਰਸ਼ਕੋ ਕਹਿੰਦੇ ਹੈਗੇ ਆ ਕਿ ਜਿੱਥੇ ਏਕਾ ਹੁੰਦਾ ਹੈਗਾ ਆ ਉੱਥੇ ਜਿੱਤ ਜ਼ਰੂਰ ਹਾਸਲ ਹੁੰਦੀ ਹੈ। ਵਾਹਿਗੁਰੂ 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 ਦਰਸ਼ਕੋ ਵਾਕਈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹਨਾਂ ਨੂੰ ਕਦੇ ਵੀ ਕੋਈ ਝੁਕਾ ਨਹੀਂ ਸਕਦਾ, ਅਤੇ ਕਿਸਾਨਾਂ ਨੇ ਦਿੱਲੀ ਮੋਰਚੇ ਨੂੰ ਫਤਿਹ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਇਤਿਹਾਸ ਦੇ ਨਾਲ ਜੁੜੇ ਹੋਏ ਨੇ। ਉਮੀਦ ਕਰਦੇ ਹਾਂ ਕਿ ਹਰੇਕ ਇਨਸਾਨ ਆਪਣੇ ਇਤਿਹਾਸ ਆਪਣੇ ਧਰਮ ਦੇ ਨਾਲ ਜ਼ਰੂਰ ਜੁੜੇਗਾ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ, ਧੰਨਵਾਦ।